18 ਜਨਵਰੀ ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਦੁਨੀਆ ਭਰ 'ਚ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਸ਼ਾਮ ਸਮੇਂ ਰਹਿਰਾਸ ਦੇ ਪਾਠ ਤੋਂ ਬਾਅਦ SGPC ਵੱਲੋਂ ਅਲੌਕਿਕ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁੰਦਰ ਲਾਈਟਿੰਗ ਨਾਲ ਸਜਾਇਆ ਗਿਆ ਸੀ। ਸ਼ਾਮ ਨੂੰ ਹੀ ਸ਼ਰਧਾਲੂਆਂ ਵੱਲੋਂ ਪਵਿੱਤਰ ਸਰੋਵਰ ਦੇ ਕਿਨਾਰਿਆਂ 'ਤੇ ਦੀਪਮਾਲਾ ਕੀਤੀ ਗਈ। ਹਾਲਾਂਕਿ ਬੀਤੇ ਦਿਨੀ ਭਾਰੀ ਠੰਡ ਅਤੇ ਕੋਹਰੇ ਤੋਂ ਬਾਅਦ 17 ਜਨਵਰੀ ਨੂੰ ਦਿਨ ਸਮੇਂ ਮੌਸਮ ਖੁਸ਼ਗਵਾਰ ਬਣਿਆ ਰਿਹਾ, ਜਿਸ ਕਾਰਨ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਨੇ ਇਸ ਮੌਕੇ ਖੁਦ ਨੂੰ ਵਡਭਾਗਾ ਦੱਸਿਆ। ਗੁਰੂ ਜੀ ਕੀ ਫਤਿਹ ਜੀ, ਅਸੀਂ ਆਏ ਹੋਏ ਹਾਂ ਸਰੀ ਤੋਂ, ਕੈਨੇਡਾ ਤੋਂ, ਗੁਰਪੁਰਬ ਮੌਕੇ। ਸੋ ਮਹਾਰਾਜ ਦੇ ਦਰਸ਼ਨ ਕਰਨ ਬਹੁਤ ਸੋਹਣਾ ਪ੍ਰੋਗਰਾਮ ਸੀਗਾ, ਅਸ਼ਤਬਾਜੀ ਬਹੁਤ ਸੋਹਣੀ ਸੀਗੀ। ਬਾਕੀ ਸੰਗਤ ਜਿਹੜੀ ਆ ਉਹ ਭਰਮਾ ਹੰਗਾਰਾ ਹੈਗਾ, ਸਾਰੇ ਜਾਣੇ ਜਿਹੜੇ ਆ ਉਹ ਜ਼ਰੂਰ ਦਰਸ਼ਨ ਕਰਨ ਆਇਆ ਕਰੋ ਇਸ ਮੌਕੇ। ਨਾਲੇ ਤਾਂ ਚਲੋ ਪਿੰਡਾਂ 'ਚ ਗੇੜਾ ਵੱਜ ਜਾਂਦਾ ਅਤੇ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ। ਕਿੰਨੇ ਸਾਲਾਂ ਬਾਅਦ ਸਬੱਬ ਬਣੇ ਇੱਥੇ ਮੱਥਾ ਟੇਕਣ ਦਾ? ਅਸੀਂ ਬਾਬਾ ਜੀ ਦੀ ਮਿਹਰ ਦੇ ਨਾਲ ਹਰੇਕ ਸਾਰ ਹੀ ਆ ਜੀ, ਹਰੇਕ ਸਾਰ ਬਹੁਤ ਸੋਹਣਾ ਜੀ, ਬਹੁਤ ਸੋਹਣਾ ਆਨੰਦਮਾਹੀ ਮਾਹੌਲ ਸੀ, ਬਹੁਤ ਵਧੀਆ। ਸਰੀ ਤੋਂ ਹਰ ਸਾਲ ਆਉਂਦੇ ਹੋ ਜੀ? ਹਾਂਜੀ, ਸਰੀ ਤੋਂ ਹਰ ਸਾਲ ਆਉਂਦੇ ਹਾਂ। ਅਤੇ ਕਾਫੀ ਸੰਗਤਾਂ ਨੇ ਜੋ ਸ਼ਹਿਰ ਦੇ ਵਿੱਚ ਰਹਿ ਕੇ ਵੀ ਨਤਮਸਤਕ ਨਹੀਂ ਹੋ ਪਾਉਂਦੇ, ਉਹਨਾਂ ਨੂੰ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਇਹ ਤਾਂ ਮਹਾਰਾਜ ਦਾ ਸਰੂਪ ਆ, ਬਾਕੀ ਮਹਾਰਾਜ ਦੇ ਬਗੈਰ ਤਾਂ ਕੁਛ ਵੀ ਨਹੀਂ ਹੁੰਦਾ। ਵੀ ਆਉਣਾ ਚਾਹੀਦਾ, ਜਦੋਂ ਰੱਬ ਨੇ ਆਪਾਂ ਨੂੰ ਇਸ ਕੌਮ ਦੇ ਲਈ ਆਪਾਂ ਜਨਮੇ ਹਾਂ ਤਾਂ ਇੱਥੇ ਆਉਣਾ ਜ਼ਰੂਰ ਚਾਹੀਦਾ ਅਤੇ ਆਪਣੇ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ, ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ, ਪਰਿਵਾਰ ਨੂੰ ਲੈ ਕੇ ਆਉਣਾ ਚਾਹੀਦਾ। ਲੱਗਦਾ ਕਿ ਸਰਪੰਚ ਦਾਨੀ ਨੇ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੂੰ ਜਿਹੜੇ ਬੱਚੇ ਇਤਿਹਾਸ ਭੁੱਲਦੇ ਜਾ ਰਹੇ, ਉਹਨਾਂ ਨੇ ਹੀ ਆਪਾਂ ਨੂੰ ਸਭ ਕੁਛ ਬਖਸ਼ਿਆ, ਉਹਨਾਂ ਦੀ ਹੀ ਦੇਣ ਆ ਅਤੇ ਉਹਨਾਂ ਦੇ ਕਰਕੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ। ਇਤਿਹਾਸ ਵੀ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਆਪਣਾ ਕੀ ਆ ਕੀ ਨਹੀਂ। ਤਾਂ ਸੰਗਤਾਂ ਦਾ ਕਹਿਣਾ ਹੈ ਕਿ ਅਜਿਹਾ ਅਲੌਕਿਕ ਨਜ਼ਾਰਾ ਦੇਸ਼ ਦੁਨੀਆ ਭਰ 'ਚ ਹੋਰ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਪਟਾਕਿਆਂ ਦੀ ਦਸਤਕ ਇੱਕ ਵਾਰ ਫਿਰ ਤੋਂ ਅਦਭੁਤ ਨਜ਼ਾਰਾ ਪੇਸ਼ ਕਰ ਰਹੀ ਸੀ। ਅਲੌਕਿਕ ਆਤਿਸ਼ਬਾਜ਼ੀ ਨੂੰ ਦੇਖ ਕੇ ਜਿੱਥੇ ਪਹੁੰਚੇ ਹੋਏ ਸ਼ਰਧਾਲੂਆਂ ਨੇ ਇਸ ਦਾ ਆਨੰਦ ਮਾਣਿਆ, ਉੱਥੇ ਹੀ ਗੁਰੂ ਸਾਹਿਬ ਅੱਗੇ ਸੀਸ ਨਿਭਾ ਕੇ ਖੁਦ ਨੂੰ ਵਡਭਾਗਾ ਮੰਨਿਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ TV।